ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਣਾ ਜੋੜ ਮੇਲੇ ਤੋਂ ਪਹਿਲਾਂ ਸੀਸੇ ਵਾਂਗ ਸੜਕ ਚਮਕਾ ਰਹੇ 75 ਸਾਲਾ ਇੱਕ ਬਜ਼ੁਰਗ ਚੰਨਨ ਸਿੰਘ ਨਾਲ ਕਰਦੇ ਹਾਂ ਗੱਲਬਾਤ। ਬਾਬਾ ਬੁੱਢਾ ਸਾਹਿਬ ਜੀ ਦੀ ਮੇਨ ਸੜਕ ਉੱਪਰ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ ਇਹ ਬਜ਼ੁਰਗ। ਸਿਖਰ ਦੁਪਹਿਰੇ ਪਸੀਨੋ ਪਸੀਨੀ ਹੋਏ, ਗਲ ਵਿੱਚ ਪਾਏ ਕੁੜਤਾ ਪਜਾਮਾ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜਾ ਹੋਇਆ ਸੀ, ਪਰ ਆਪਣਾ ਹੌਂਸਲਾ ਨਹੀਂ ਛੱਡਿਆ ਅਤੇ ਗੁਰੂ ਘਰ ਦੀ ਇੰਨੀ ਜ਼ਿਆਦਾ ਸ਼ਰਧਾ ਕਿ ਪੂਰੀ ਗਰਮੀ ਹੋਣ ਦੇ ਬਾਵਜੂਦ ਵੀ ਬੜੇ ਠਰਮੇ ਨਾਲ ਸੇਵਾ ਚੱਲ ਰਹੀ ਸੀ ਇਸ ਬਜ਼ੁਰਗ ਵੱਲੋਂ। ਗੱਲਬਾਤ ਕਰਨ 'ਤੇ ਬਾਬਾ ਜੀ ਨੇ ਦੱਸਿਆ ਕਿ ਮੈਂ ਬਹੁਤਾ ਅਮੀਰ ਨਹੀਂ ਹਾਂ, ਪਰ ਆਪਣਾ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਜੋ ਕਿ ਮੇਨ ਗੇਟ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਮੇਨ ਜਾਂਦੀ ਸੜਕ ਦੇ ਦੋਵੇਂ ਪਾਸੇ ਝਾੜੂ ਮਾਰ ਮਾਰ ਕੇ ਸੀਸੇ ਵਾਂਗ ਸੜਕ ਚਮਕਾ ਰਿਹਾ ਹਾਂ, ਤਾਂ ਜੋ ਗੁਰੂ ਘਰ ਨੂੰ ਸੰਗਤਾਂ ਜੋ ਆਉਂਦੀਆਂ ਹਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਇਹੀ ਮੇਰਾ ਮੇਨ ਮਕਸਦ ਹੈ। ਇਹ ਸੜਕ ਲਗਭਗ 2 ਕਿਲੋਮੀਟਰ ਦੀ ਲੰਬਾਈ ਹੈ, ਜਿਸ ਨੂੰ ਰੋਜ਼ਾਨਾ ਹੀ ਲਗਭਗ 4-4 ਗੇੜੇ ਦੋਵੇਂ ਪਾਸੇ ਲਗਾ ਕੇ ਸਫਾਈ ਵੱਲ ਬਹੁਤ ਜ਼ਿਆਦਾ ਧਿਆਨ ਦੇ ਰਿਹਾ ਹਾਂ। ਬਜ਼ੁਰਗ ਨੇ ਆਪਣਾ ਨਾਮ ਚੰਨਣ ਸਿੰਘ ਵਾਸੀ ਭਿੱਖੀਵਿੰਡ ਦੱਸਿਆ ਅਤੇ ਇਹ ਵੀ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਸੇਵਾ ਮੈਂ ਕਰ ਰਿਹਾ ਹਾਂ ਅਤੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਪਰਮਾਤਮਾ ਵੱਲੋਂ ਹੀ ਹੌਂਸਲਾ ਦਿੱਤਾ ਜਾ ਰਿਹਾ ਹੈ ਅਤੇ ਮੈਂ ਇਹ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਨਿਭਾ ਰਿਹਾ ਹਾਂ। ਬਾਕੀ ਆਓ ਆਪਾਂ ਗੱਲਬਾਤ ਕਰਦੇ ਹਾਂ ਇਸ ਬਜ਼ੁਰਗ ਬਾਬਾ ਜੀ ਦੇ ਨਾਲ। ਚੰਨਣ ਸਿੰਘ ਕਿਹੜਾ ਪਿੰਡ ਆ? ਭਿੱਖੀਵਿੰਡ। ਬਾਬਾ ਜੀ ਇੱਥੇ ਕਿੰਨੇ ਚਿਰ ਦੀ ਸੇਵਾ ਕਰਦੇ ਆ ਰਹੇ? ਬਾਬਾ ਜੀ ਘੱਟੋ ਘੱਟ 15-20 ਸਾਲ। ਅਤੇ ਕਿੱਥੋਂ ਲੈ ਕਿੱਥੋਂ ਤੱਕ ਕਰਦੇ ਜੀ ਸੇਵਾ? ਕਿੱਥੋਂ ਸ਼ੁਰੂ ਕਰ ਕਿੱਥੇ ਖਤਮ ਕਰਦੇ ਜੀ ਆਹ ਸੇਵਾ? ਹਾਂਜੀ ਇਹ ਬਾਬਾ ਮੈਂ 2 ਭਾਦਰ ਸ਼ੁਰੂ ਕੀਤੀ ਹੈ। ਕਿੰਨੇ ਮੀਲ ਬਣਦੀ ਜਿਹੜੀ ਸੇਵਾ ਰੋਜ਼ਾਨਾ ਤੁਸੀਂ ਕਰਦੇ ਪਏ ਜੀ? ਜਿਹੜੀ ਭਿੱਖਾ ਮੇਰੇ ਖਾਚ ਕੋਈ 2 ਕਿਲੋਮੀਟਰ ਹੋਵੇਗਾ। ਅੱਛਾ ਜੀ, ਵੀ ਝਾੜੂ ਸੇਵਾ ਕਰਨੀ? ਹਾਂਜੀ ਚਲੋ ਜਾਲੀ ਸੇਵਾ ਕਰਦੇ ਹਾਂ, ਜਾਲੀ ਪ੍ਰਸ਼ਾਦਾਂ ਦੀ। ਅੱਛਾ ਜੀ, ਅਤੇ ਫਿਰ ਨੇਚਾ ਹੈ ਕਿ ਆਹ ਸੇਵਾ ਕਰੀਏ ਰਸਤਾ ਸਾਫ਼ ਕਰੀਏ। ਕਿੰਨੀ ਕੁ ਉਮਰ ਹੈ ਲਗਭਗ ਆਪਣੀ? 75 ਸਾਲ। 75 ਸਾਲ ਦੀ ਹੋ ਗਈ। ਅੱਜ ਕੱਲ੍ਹ ਦੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ 1.5 ਕਿਲੋਮੀਟਰ ਦੀ ਤੁਰਦੀ ਥੱਕ ਜਾਂਦੀ ਆ, ਤੁਹਾਨੂੰ ਕੋਈ ਸਾਹ ਜਾਂ ਕੋਈ ਗੱਲਬਾਤ ਹੋਵੇ? ਬਾਬੂ ਜੀ ਕਰਵਾ।